ਇਹ ਸੰਤ ਬਾਬਾ ਲਾਲ ਸਿੰਘ ਜੀ ਕੁੱਲੀ ਵਾਲੇ ਜਿਨ੍ਹਾਂ ਨੇ ਇਸ ਕੁੱਲੀ ਦੇ ਵਿੱਚ 40 ਸਾਲ ਤਪੱਸਿਆ ਕੀਤੀ। ਇੱਥੇ ਹੀ ਸੰਗਤਾਂ ਨੂੰ ਉਹਨਾਂ ਨੇ ਨਾਮ ਸਿਮਰਨ ਜਪਾਇਆ ਅਤੇ 40 ਸਾਲ ਤਪੱਸਿਆ ਕਰਕੇ ਆਪਣੀ ਸ਼ਕਤੀ ਅਤੇ ਭਗਤੀ ਦਾ ਇੱਕ ਲੋਕਾਂ ਨੂੰ ਬਹੁਤ ਵਧੀਆ ਸੰਦੇਸ਼ ਦਿੱਤਾ। ਉਹ ਸੰਗਤਾਂ ਦੇ ਵਿੱਚ ਰਹਿ ਕੇ ਲੋਕਾਂ ਨੂੰ ਨਾਮ ਚੁਕਾਉਂਦੇ ਸਨ। ਅੱਜ ਅਸੀਂ ਇਸ ਅਸਥਾਨ 'ਤੇ ਪਹੁੰਚੇ ਹਾਂ। ਇਹ ਅਸਥਾਨ ਨਾਨੋਵਾਲ ਖੁਰਦ ਤੋਂ ਲਹਿੰਦੇ ਪਾਸੇ ਕੋਈ 1 ਕਿਲੋਮੀਟਰ ਦੀ ਦੂਰੀ 'ਤੇ ਪੈਂਦਾ। ਇੱਥੇ ਇੱਕ ਬਹੁਤ ਹੀ ਆਲੀਸ਼ਾਨ ਅਤੇ ਬਹੁਤ ਵਧੀਆ ਗੁਰਦੁਆਰਾ ਸੰਤ ਬਾਬਾ ਲਾਲ ਸਿੰਘ ਜੀ ਕੁੱਲੀ ਵਾਲਿਆਂ ਦੀ ਯਾਦ ਦੇ ਵਿੱਚ ਬਣਿਆ। ਇੱਥੇ ਸੰਗਤਾਂ ਜਿਹੜੀਆਂ ਵਾ ਉਹ 24 ਘੰਟੇ ਹੁੰਦੀਆਂ ਅਤੇ ਗੁਰੂ ਦਾ ਨਾਮ ਸਿਮਰਨ ਜਿਹੜਾ ਵਾ ਉਹ ਜਪਦੀਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੰਤ ਬਾਬਾ ਲਾਲ ਸਿੰਘ ਜੀ ਕੁੱਲੀ ਵਾਲਿਆਂ ਦੇ ਅਸਥਾਨ 'ਤੇ ਪਹੁੰਚੇ ਹਾਂ। ਇਹ ਅਸਥਾਨ ਪਿੰਡ ਨਾਨੋਵਾਲ ਖੁਰਦ ਤੋਂ ਲਹਿੰਦੇ ਪਾਸੇ 1 ਕਿਲੋਮੀਟਰ ਦੀ ਦੂਰੀ 'ਤੇ ਪੈਂਦਾ। ਸਾਡੇ ਕੋਲ ਬਹੁਤ ਹੀ ਸੂਝਵਾਨ ਅਤੇ ਵਿਦਵਾਨ, ਇਹਨਾਂ ਨੂੰ ਅਸੀਂ ਪੁੱਛਦੇ ਹਾਂ ਵੀ ਇਹ ਜਿਹੜਾ ਅਸਥਾਨ ਆ ਬਾਬਾ ਜੀ ਦਾ, ਇੱਥੇ ਬਾਬਾ ਜੀ ਹੁਣਾਂ ਨੇ ਕਿੰਨਾ ਚਿਰ ਭਗਤੀ ਕੀਤੀ ਅਤੇ ਲੋਕਾਂ ਨੂੰ ਉਹ ਸੰਗਤਾਂ ਨੂੰ ਮਤਲਬ ਕਿੱਦਾਂ ਦਾ ਸੰਦੇਸ਼ ਦਿੰਦੇ? ਹਾਂਜੀ, ਸਭ ਤੋਂ ਪਹਿਲਾਂ ਤਾਂ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਇਹ ਅਸਥਾਨ ਤਕਰੀਬਨ ਅਸੀਂ ਜਦੋਂ ਛੋਟੇ ਛੋਟੇ ਸੀ, ਬਿਲਕੁਲ ਹੀ ਕੋਈ 5-6 ਸਾਲ ਦੇ ਤਕਰੀਬਨ ਲਾ ਲਓ, ਤਾਂ ਜਦੋਂ ਤੋਂ ਅਸੀਂ ਨੰਗੇ ਪੈਰੀ ਇੱਥੇ ਬਾਬਾ ਜੀ ਦੇ ਆਉਂਦੇ ਰਹੇ ਹਾਂ ਔਰ ਇਹਦੇ ਰਸਤਾ ਵੀ ਸਾਰਾ ਕੱਚਾ ਹੁੰਦਾ ਸੀ ਤਕਰੀਬਨ। ਅਤੇ ਸੰਗਤਾਂ ਨੂੰ ਬਾਬਾ ਜੀ ਬਿਲਕੁਲ, ਪਹਿਲੀ ਗੱਲ ਇਹ ਪੈਸੇ ਨੂੰ ਇੱਕ ਹੱਥ ਵੀ ਨਹੀਂ ਲਾਉਂਦੇ। ਸਾਰੀ ਜ਼ਿੰਦਗੀ ਉਹਨਾਂ ਨੇ ਜਿੰਨੀ ਵੀ ਇੱਥੇ ਕੱਟੀ ਆਪਣੇ ਤਕਰੀਬਨ ਮੇਰੇ ਆਈਡੀਆ ਨਾਲ ਕੋਈ 20-25 ਸਾਲ 30 ਸਾਲ ਦੇ ਕਰੀਬ, ਔਰ ਇਹ ਕੱਖਾਂ ਵਾਲੀ ਕੁੱਲੀ ਬਣੀ ਸਾਡੇ ਮਗਰਲੀ ਸਾਈਡ ਤੋਂ ਵੇਖ ਸਕਦੇ ਹੋ, ਕੱਖਾਂ ਵਾਲੀ ਕੁੱਲੀ 'ਚ ਕੱਟੀ ਆ ਔਰ ਸਿਰਫ ਇੱਕ ਮਤਲਬ ਦਰੀ 'ਤੇ ਜਾਂ ਖੱਦਰ ਦੀ ਬੋੜੀ 'ਤੇ ਬਹਿ ਕੇ ਸਾਰੀ ਉਮਰ ਕੱਟ ਛੱਡੀ ਅਤੇ ਭਗਤੀ ਕੀਤੀ ਦਿਨ ਰਾਤ ਉਹਨਾਂ ਨੇ। ਬਹੁਤ ਕਿਰਪਾ, ਔਰ ਤੁਸੀਂ ਕਿਰਪਾ ਦਾ ਰਿਜ਼ਲਟ ਤੁਸੀਂ ਆਪਣੇ ਲਾਗੇ ਲਾਗੇ ਦੋਵਾਂ ਪਿੰਡਾਂ 'ਚ ਵੇਖ ਸਕਦੇ ਹੋ। ਸਾਡਾ ਪਿੰਡ 'ਤੇ ਇਸ ਟਾਈਮ ਸੋਨੇ ਦੀ ਚਿੜੀ ਬਣਿਆ ਹੋਇਆ, ਇਹ 'ਚ ਕੋਈ ਸ਼ੱਕ ਨਹੀਂ ਗਾ। ਜਿਹੜੀ ਵੀ ਤੁਸੀਂ ਮੁਰਾਦ ਮੰਗਦੇ ਹੋ ਪੂਰੀਆਂ ਹੁੰਦੀਆਂ ਨੇ ਇੱਥੇ, ਕੋਈ ਸ਼ੱਕ ਨਹੀਂ ਇਹ 'ਚ। ਜਿਹੜੀ ਇਹ ਆਪਣੇ ਲਾਗੇ ਨਦੀ ਵਹਿੰਦੀ, ਜਿੱਦਾਂ ਆਪਾਂ ਕਹਿ ਸਕਦੇ ਆਪਣੀ ਨਹਿਰ ਪਿੰਡ ਦੀ ਵਹੀ ਆ, ਔਰ ਇਹ ਪਵਿੱਤਰ ਚਰਨ ਗੰਗਾ ਦਾ ਇਹਨਾਂ ਨੂੰ ਦਰਜਾ ਦਿੱਤਾ ਸੀ ਸੰਤਾਂ ਨੇ ਆਪ, ਕਿ ਕਹਿੰਦੇ ਹੁੰਦੇ ਕਿ ਜਿਨ੍ਹਾਂ ਨੇ ਹਜ਼ੂਰ ਸਾਹਿਬ ਜਾਣਾ ਜਾਂ ਹੇਮਕੁੰਡ ਸਾਹਿਬ ਜਾਣਾ, ਇੱਥੇ ਦਰਸ਼ਨ ਕਰ ਲਓ, ਇੱਥੇ ਇਸ਼ਨਾਨ ਕਰ ਲਓ, ਉਹ ਤੁਹਾਡੀ ਇੱਥੇ ਹੀ ਮਲਹਾਜ਼ਰੀ ਲੱਗਿਆ ਕਰੂਗੀ ਜ਼ਰੂਰ। ਔਰ ਕੋਈ ਵੀ ਅਰਦਾਸ ਕਰਵਾਉਂਦੇ ਸੀ ਉਹ ਬੱਚਿਆਂ ਕੋਲੋਂ ਕਰਵਾਉਂਦੇ ਸੀ, ਬੱਚਿਆਂ ਕੋਲੋਂ ਕਹਾ ਕੇ ਕਰਵਾਉਂਦੇ ਕਿ ਬੱਚਿਆਂ ਦੀ ਅਰਦਾਸ ਉਹ ਕਹਿੰਦੇ ਹੁੰਦੇ ਕਿ ਛੇਤੀ ਸੁਣੀ ਜਾਂਦੀ ਹੈ ਪਰਮਾਤਮਾ ਵੱਲੋਂ, ਔਰ ਵਧੀਆ ਤਰੀਕੇ ਦੇ ਨਾਲ ਉਹਨਾਂ ਨੇ ਜੋ ਕਿ ਜੀਵਨ ਇੱਥੇ ਆਪਣਾ ਲੰਘਾਇਆ ਜੀ। ਕਿੰਨੇ ਸਾਲ ਬਾਬਾ ਜੀ ਹੁਣਾਂ ਨੇ ਇਸ ਕੱਖਾਂ ਦੀ ਕੁੱਲੀ ਦੇ ਵਿੱਚ ਬਹਿ ਕੇ ਭਗਤੀ ਕੀਤੀ? ਤਕਰੀਬਨ 25-30 ਸਾਲ ਦੇ ਇਰਗਿਰਡ ਸਾਡੇ ਇੱਥੇ ਪਿੰਡ, ਔਰ ਬਾਬਾ ਜੀ ਥਾਂ ਥਾਂ 'ਤੇ ਜਾ ਕੇ ਹਰ ਪਿੰਡ ਪਿੰਡ ਜਾ ਕੇ ਵੀ ਉਹਨੇ ਆਪਣਾ ਸੰਦੇਸ਼ ਦਿੱਤਾ ਆ। ਜਿਵੇਂ ਕਿ ਸਾਡੇ ਪਿੰਡ ਲਾਗੇ ਮੇੜੇ ਪਿੰਡ ਪੈਂਦਾ, ਸੁੱਚਾ ਸਿੰਘ ਛੋਟੇਪੁਰ ਦਾ ਪਿੰਡ ਪੈਂਦਾ। ਮੇੜੇ ਪਿੰਡ ਕਹਿੰਦੇ ਨੇ ਕਿ ਜਦੋਂ 88 ਦੇ ਵਿੱਚ ਵੱਡਾ ਹੜ੍ਹ ਆਇਆ ਵਾ, ਉਸ ਟਾਈਮ ਇੱਥੇ ਪਾਣੀ ਜਿਹੜਾ ਉਹ ਕੁੱਲੀ ਦੇ ਵਿੱਚ ਕਿੰਨਾ ਕੁ ਚੜਿਆ ਜਾਂ ਇਸ ਥਾਂ 'ਤੇ ਕਿੰਨਾ ਕੁ ਪਾਣੀ? ਦੇਖੋ ਜੀ, ਕੁੱਲੀ ਦੇ ਬਿਲਕੁਲ ਆਸ ਪਾਸ ਚਾਰੇ ਪਾਸੇ ਡੋਬੂ ਪਾਣੀ ਸੀਗਾ, ਔਰ ਸਾਡੇ ਪਿੰਡ ਨਾਨਵਾਲ ਵਾਲੀ ਸਾਈਡ 'ਤੇ ਕੁਝ ਜ਼ਿਆਦਾ ਸੀਗਾ ਰੂੜੂ ਪਾਣੀ, ਉੱਧਰੋਂ ਲੋਕ ਆ ਨਹੀਂ ਸਕੇ, ਔਰ ਮੇੜਿਆਂ ਦੀ ਸੰਗਤ ਇੱਧਰੋਂ ਆਈ। ਇੱਧਰਲੀ ਸਾਈਡ ਥੋੜ੍ਹਾ ਜਿਹਾ ਪਾਣੀ ਘੱਟ ਸੀਗਾ, ਬਾਕੀ ਕੁੱਲੀ ਦੇ ਅੰਦਰ ਪਾਣੀ ਨਹੀਂ ਦਾਖਲ ਹੋਇਆ, ਔਰ ਉਹ ਫਿਰ ਬਾਬਾ ਜੀ ਨੂੰ ਮੰਜੇ 'ਤੇ ਬਿਠਾਲ ਕੇ ਮੋਢਿਆਂ 'ਤੇ ਚੁੱਕ ਕੇ ਅਤੇ ਫਿਰ ਪਿੰਡ 'ਚ ਲੈ ਗਏ ਸੀ ਆਪਣੇ ਮੇੜੇ। ਉਸ ਤੋਂ ਬਾਅਦ ਕਾਫੀ ਟਾਈਮ ਬਾਬਾ ਜੀ ਮੇੜਿਆਂ 'ਚ ਰਹੇ ਨੇ। ਬਾਬਾ ਜੀ ਜਦੋਂ ਬਿਰਧ ਉਮਰ ਦੇ ਵਿੱਚ ਆ ਗਏ ਆ, ਫਿਰ ਬਾਬਾ ਜੀ ਮੇੜਿਆਂ ਤੋਂ ਮਤਲਬ ਕਿੱਥੇ ਜਾ ਕੇ ਉਹਨਾਂ ਨੇ ਆਸਣ ਆਇਆ? ਫਿਰ ਉਹ ਮੇੜਿਆਂ ਤੋਂ ਬਾਅਦ ਛੋਟੇਪੁਰ ਸਾਹਿਬ ਕੋਲ ਗਏ ਸੀ, ਉਹ ਜੋ MLA ਰਹੇ ਮੇਰੇ ਖਿਆਲ, ਅਤੇ ਉਹਨਾਂ ਦੇ ਕੋਲ ਉਹਨਾਂ ਦੇ ਘਰ 'ਚ ਕਾਫੀ ਟਾਈਮ ਬਤੀਤ ਕੀਤਾ ਉਹਨਾਂ ਨੇ। ਅੱਛਾ, ਉਹਨਾਂ ਨੇ ਫਿਰ ਉੱਥੇ ਜਾ ਕੇ ਅਤੇ ਮਤਲਬ ਆਪਣਾ ਸਰੀਰ ਜਿਹੜਾ ਉਹ ਛੱਡ ਗਏ ਸੰਸਾਰ ਤੋਂ? ਸਰੀਰ ਉੱਥੇ ਜਾ ਕੇ ਛੱਡਿਆ ਸੀ ਛੋਟੇਪੁਰ ਸਾਹਿਬ। ਹਾਂਜੀ, ਮਨਾਈ ਜਾਂਦੀ। ਹਾਂਜੀ, ਇਹ ਪਹਿਲੇ ਸੰਤ ਮੇਰੇ ਖਿਆਲ 'ਚ ਇਹੋ ਜਿਹੇ ਹੋਏ ਆਪਣੇ ਬਾਬਾ ਲਾਲ ਸਿੰਘ ਜੀ ਕੁੱਲੀ ਵਾਲੇ, ਜਿਹਨਾਂ ਦੀ ਮੇਰੇ ਖਿਆਲ ਤਕਰੀਬਨ 1 ਸਾਲ ਦੇ ਵਿੱਚ 10 ਵਾਰ ਬਰਸੀ ਮਨਾਈ ਜਾਂਦੀ ਆ, ਜੋ ਕਿ ਆਪਣੇ ਲਾਗੇ ਲਾਗੇ ਤੁਸੀਂ ਦੇਖ ਸਕਦੇ ਹੋ। ਸਾਡੇ ਪਿੰਡ ਸਭ ਤੋਂ ਪਹਿਲਾਂ ਮਨਾਈ ਜਾਂਦੀ 14 ਜਨਵਰੀ ਨੂੰ ਮਾਘੀ ਵਾਲੇ ਦਿਨ, ਉਸ ਤੋਂ ਬਾਅਦ ਪਿੰਡ ਮੇੜੇ ਮਨਾਉਂਦੇ ਆ, ਉਸ ਤੋਂ ਬਾਅਦ ਭੈਣੀ ਮੀਆਂ ਖਾਂ 'ਚ ਮਨਾਉਂਦੇ ਆ, ਫਿਰ ਛੋਟੇਪੁਰ ਆਪ ਮਨਾਉਂਦਾ ਆ, ਫਿਰ ਇੱਕ ਬਾਈਪਾਸ ਗੁਰਦੁਆਰਾ ਵਾ ਗੁਰਦਾਸਪੁਰ ਦੇ ਬਾਈਪਾਸ 'ਤੇ ਬਾਬਾ ਜੀ ਦਾ ਗੁਰਦੁਆਰਾ, ਉੱਥੇ ਮਨਾਈ ਜਾਂਦੀ ਆ। ਨਾਨਵਾਲ ਜਿੰਦਰ ਵਾਲੇ ਮਨਾਉਂਦੇ ਨੇ, ਬਾਗੜੀਆਂ ਤੋਂ ਬਾਬਾ ਹਜ਼ੂਰ ਸਿੰਘ ਜੀ ਮਨਾਉਂਦੇ ਨੇ। ਤਕਰੀਬਨ 10-11 ਵਾਰ ਇਹਨਾਂ ਦੀ ਬਰਸੀ ਸਾਲ 'ਚ ਹੀ ਮਨਾਈ ਜਾਂਦੀ ਆ। ਹਾਂਜੀ,